ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਆਪਣਾ ਰਾਣਾ ਰੰਗੀ ਅਤੇ ਅੱਜ ਅਸੀਂ ਸ਼ੂਟ ਕਰ ਰਹੇ ਸੀ, ਸੋ ਇੱਕ ਬਲੌਗ ਬਣਾ ਰਹੇ ਹਾਂ ਅਤੇ ਸਾਡੇ ਨਾਲ ਇੱਕ ਘੈਂਟ ਆਰਟਿਸਟ ਜੁੜ ਚੁੱਕੀ ਆ ਅਤੇ ਤੁਹਾਨੂੰ ਮਿਲਵਾਉਂਦੇ ਉਹਦੇ ਨਾਲ, ਅਤੇ ਉਹਦਾ ਨਾਂ ਤਾਂ ਤੁਹਾਨੂੰ ਪਤਾ ਹੀ ਹੈ ਕੌਣ ਹੋ ਸਕਦੀ ਹੈ ਨਾ। ਸੋ ਪਹਿਲਾਂ ਗੈਸ ਕਰੋ, ਆਵਾਜ਼ ਤੋਂ ਗੈਸ ਕਰ ਲਿਆ ਨਾ ਤੁਸੀਂ, ਆਵਾਜ਼ ਤੋਂ ਗੈਸ ਕਰੋ ਕੌਣ ਆ। ਗੈਸ ਕਰੋ, ਗੈਸ ਕਰੋ। ਮੈਂ ਤੁਹਾਨੂੰ ਉਦਾਹਰਨ ਦਿੰਦਾ ਵੀ ਫਲਾਵਰ ਨੂੰ ਇੰਗਲਿਸ਼ 'ਚ ਕੀ ਕਹਿੰਦੇ ਆ, ਅਤੇ ਆਪਾਂ ਕਿਸੇ ਨੂੰ ਬੁਲਾਉਂਦੇ ਹਾਂ ਤਾਂ ਉਹਦੇ ਮਗਰ ਕੀ ਲਾਉਂਦੇ ਹਾਂ। ਅੰਕਲ ਜੀ ਰੋਜ਼ ਈ। ਅਤੇ ਚਲੋ ਆ ਲਓ ਰੋਜ਼ੀ ਨਾਲ ਗੱਲ ਕਰੋ। ਹੈਲੋ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ। ਮੈਨੂੰ ਬਹੁਤ ਅੱਛਾ ਲੱਗਿਆ ਕਿ ਆਪਾਂ ਸਾਰੇ ਮਿਲ ਰਹੇ ਹਾਂ, ਆਪਾਂ ਸਾਰੇ ਗੱਲਾਂ ਕਰ ਰਹੇ ਹਾਂ ਨਾ ਗਾਇਸ। ਅਤੇ ਇੱਕ ਬੰਦਾ ਮਿਸ ਸੀਗਾ, ਉਹਦੀ ਕਾਲ ਆ ਰਹੀ ਆ ਪਰ ਮੈਂ ਚੱਕਣਾ ਨਹੀਂ, ਕਿਉਂਕਿ ਜਿਵੇਂ ਚੱਕ ਲਿਆ ਮੈਂ ਰੱਖਣਾ ਵੱਡੇ ਜਿਹਾ ਬਣਾਇਆ, ਮੈਨੂੰ ਮੌਤ ਆ ਜਾਣੀ ਆ। ਰੋਜ਼ੀ ਨਾਲ ਤੁਸੀਂ ਗੱਲ ਕਰੋ, ਦੇਖੋ ਮਾਤਾ ਆਰਟਿਸਟ ਲਿਖਿਆ। ਹੈਲੋ, ਹਾਂਜੀ ਮਾਤਾ। ਹਾਂ ਮਾਤਾ, ਕਿਵੇਂ? ਹੋਰ ਠੀਕ ਆ? ਹਾਂਜੀ ਹਾਂਜੀ ਕਰ ਰਹੇ ਮਾਤਾ, ਸ਼ੂਟ ਕਰ ਰਹੇ ਆਪਾਂ। ਅਸੀਂ ਥੋੜ੍ਹਾ ਛੋਟਾ ਸ਼ੂਟ ਕਰ ਰਹੇ ਸੀ, ਰੋਜ਼ੀ ਆਈ ਸੀ ਅਤੇ ਮੈਂ ਇਹ ਗੱਲ ਹੀ ਕਰਦੇ ਪਏ ਸੀ। ਬਲੂਪਰ ਬਣਾ ਰਿਹਾ, ਬਲੂਪਰ ਦੇ ਵਿੱਚ ਵੀਡੀਓ ਪਾ ਰਹਾ, ਤੁਹਾਡਾ ਫੋਨ ਆਏ ਤਾਂ ਕਰੋ ਤੁਸੀਂ ਦੇਖਣੀ ਆ, ਫੋਨ ਵੀ ਤੁਹਾਡਾ ਜਿਹੜਾ ਆ ਰਿਹਾ ਨਾ ਇਹ ਬਲੂਪਰ ਸ਼ੋਅ ਹੋਣਾ, ਤੁਹਾਨੂੰ ਦੇਖੋਗੇ ਤੁਸੀਂ ਜਦ ਤੱਕ ਰੋਜ਼ੀ ਨਾਲ ਗੱਲ ਕਰੋ। ਚੰਗੀ ਤਰ੍ਹਾਂ ਕਹਿੰਦੇ ਖਿਚੜੀ ਬਣਾ ਦਿੰਦੇ ਆ ਨਾ, ਮੈਂ ਅੱਜ ਚੰਗੀ ਤਰ੍ਹਾਂ ਦੱਸਦੀ ਆ ਵੀ ਰੋਜ਼ੀ ਦਾ ਵਿਆਹ ਵੀ ਨਹੀਂ ਹੋਇਆ ਤੇ ਸਾਡੀ ਰੋਜ਼ੀ 20-25 ਘਰ ਛੱਡ ਕੇ, ਜਿੱਦਾਂ ਕਿ ਮੇਰੇ ਹਸਬੈਂਡ ਕਹਿੰਦੇ ਹੁੰਦੇ ਆ ਇਹ ਉੱਥੇ ਰਹਿੰਦੇ ਆ 20-25 ਘਰ ਛੱਡ ਕੇ। ਗਵਾਂਢਣ ਕਹਿਣਾ, ਅਸੀਂ ਇੱਕੋ ਪਿੰਡ ਕਹਿਣਾ, ਇੱਕੋ ਸ਼ਹਿਰ, ਜੋ ਮਰਜ਼ੀ ਕਹਿ ਲਓ, ਜੋ ਮਰਜ਼ੀ ਕਹੀ ਜਾਓ। ਬਹੁਤ ਸਾਡਾ ਫੈਮਿਲੀ, ਬਹੁਤ ਫੈਮਿਲੀ ਪਿਆਰ ਆ, ਕਿਉਂਕਿ ਅਸੀਂ ਸਾਰੇ ਇਕੱਠੇ ਵੀਡੀਓਜ਼ ਬਣਾਉਂਦੇ ਹਾਂ, ਇਕੱਠੇ ਰਹਿੰਦੇ ਹਾਂ, ਅੱਛੀ ਫੈਮਿਲੀ ਆ ਰਾਣੇ ਦੀ। ਰਾਣੇ ਦੀ ਫੈਮਿਲੀ ਬਹੁਤ ਗੁੱਡ ਆ, ਆ ਰਾਣੇ ਦਾ ਛੋਕਰਾ ਛੋਟਾ ਅਤੇ ਸਾਡੀ ਭਾਬੀ, ਅਤੇ ਜਿਹੜਾ ਵੀਡੀਓ ਬਣਾ ਰਿਹਾ ਇਸ ਟਾਈਮ ਉਹ ਹੈਗਾ ਹੈਰੀ। ਹੈਰੀ ਬਹੁਤ ਹੀ ਗੁੱਡ ਬੱਚਾ ਆ। ਚੱਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਰ, ਸਤਿ ਸ਼੍ਰੀ ਅਕਾਲ ਸਰ। ਨਾਈਸਲੀ ਨਾਈਸਲੀ ਦੱਸ ਕੀ ਦਾ ਮੁੰਡਾ ਤੂੰ, ਤੁਸੀਂ ਕੌਣ ਹੋ? My name is Harmanjeet Singh. Harry Rangi. ਇਹ ਹੈ ਸਾਡਾ ਛੋਟਾ ਹੈਰੀ ਰੰਗੀ, ਅਤੇ ਉਹ ਸੀਗਾ ਮਨੂ। ਉਹ ਬਹੁਤ ਹੀ ਨੋਟੀ ਬੱਚਾ ਆ, ਉਹ ਸਾਡੇ ਨਾਲ ਲੜ ਪੈਂਦਾ ਆ ਜੇ ਉਹਦੀ ਵੀਡੀਓ ਨਹੀਂ ਬਣਾਉਂਦੇ, ਜੇ ਬਣਾਉਂਦੇ ਆ ਫਿਰ ਵੀ ਲੜ ਪੈਂਦਾ ਆ, ਉਹ ਹੈ ਹੀ ਬਹੁਤ ਖਰਾਬ ਬੱਚਾ। ਗਾਣਾ ਗਾਣਾ ਸੁਣਾ। ਚਲ ਗਾਣਾ ਸੁਣਾ, ਗਾਣਾ ਸੁਣਾ, ਸੁਣਾਓ ਗਾਣਾ। ਆ ਸਾਡੇ ਮੰਮੀ ਜੀ ਨੇ, ਰਾਣੇ ਦੇ ਰੀਅਲ ਮੋਮ। ਚਲ ਸੁਣਾ ਗਾਣਾ, ਜੇ ਸੁਣਾਉਣਾ ਲਿਖਤ ਸਿੱਧੂ ਹਰ ਸ਼ੁਰੂ ਤੋਂ ਕੀ ਹੁੰਦਾ ਸਿੱਧੂ ਮੂਸੇਵਾਲਾ ਗਾਣਾ ਸ਼ੁਰੂ ਤੋਂ ਕੀ ਬੋਲਦੀ ਹੈ ਤੂੰ? ਕੁਛ ਵੀ ਬੋਲ, ਕੋਈ ਵੀ ਗਾਣਾ ਗਾਣਾ ਗਾਣਾ। ਇਹਨੇ ਕੁਛ ਨਹੀਂ ਕਰਨਾ, ਇਹਨੇ ਮੂੰਹ ਨਹੀਂ ਦੇਣਾ। ਆ ਲਿਓ ਨਾ ਆ, ਇਹ ਫਿਰ ਗਾ ਤਾਂ ਸਹੀ। ਚਲ ਗਾ, ਗਾਣਾ ਦੇਖਦੇ ਆ। ਆ ਤੇਰਾ ਦੰਦ ਕੌਣ ਲੈ ਗਿਆ? ਭੂਤ ਲੈ ਗਈ। ਚਲੋ ਤੂੰ ਗਾਣਾ ਗਾ, ਚਲ ਤੂੰ ਗਾਣਾ ਗਾ, ਗਾਣਾ ਗਾ ਤੇਰਾ ਹੀ ਦੂਸਰਾ ਗਾਣਾ ਇਧਰ ਮੈਂ ਤੋ ਸੁਣਾਉਂਗਾ। ਚਲ ਸੁਣਾ, ਅੱਜ ਆਇਆ ਹੁਣ ਆਦਾ। ਚਲੋ ਰਹਿਣ, ਅਸੀਂ ਨਹੀਂ, ਅਸੀਂ ਭਾਬੀ ਨਾਲ ਗੱਲਾਂ ਕਰਦੇ। ਭਾਬੀ ਚਲੋ ਗੱਲਾਂ ਕਰੋ ਤੁਸੀਂ, ਫੜ ਹੈਰੀ ਫੋਨ। ਚਲੋ ਵੀਡੀਓ ਬਣਾਊਗਾ ਹੈਰੀ ਸਾਡਾ, ਉੱਧਰ ਆ ਜਾ। ਇਹਨੇ ਕੁਛ ਨਹੀਂ ਕਰਨਾ, ਇਹਨੇ ਕੋਈ ਗਾਣਾ ਨਹੀਂ ਸੁਣਾਉਣਾ ਹੈਗਾ। ਆ ਗਿਆ ਗਾਣਾ, ਬੱਚੇ ਸੁਣਾ, ਥੱਲੇ ਕੜ ਕੇ ਦੋਨੋਂ ਜਣੇ ਆ ਗਏ ਜੀ। ਸਾਡਾ ਰਾਣਾ ਚਲਾ ਗਿਆ ਬਾਹਰ ਮਾਤਾ ਨਾਲ ਗੱਲਾਂ ਕਰਨ ਵਾਸਤੇ, ਕਿਉਂਕਿ ਮਾਤਾ ਦਾ ਫੋਨ ਆ ਗਿਆ ਸੀ ਕੱਲ੍ਹ। ਅਸੀਂ
ਸ਼ਾਰਟ ਸ਼ੂਟ ਕਰਨਾ ਆ ਕੱਲ ਵੀ ਬਣਾਵਾਂਗੇ ਅਸੀਂ ਫਿਰ ਵੀਡੀਓ ਤੇ ਅੱਜ ਛੋਟਾ ਜਿਹਾ ਸੀਨ ਇੱਕ ਰਹਿੰਦਾ ਸੀ ਉਹਦੇ ਵਾਸਤੇ ਅਸੀਂ ਇਕੱਠੇ ਹੋਏ ਸੀਗੇ ਤੇ ਸੋਚਿਆ ਚਲੋ ਬਲੂਪਰਸ ਬਣਾ ਲਈਏ ਦੱਸਿਓ ਤੁਹਾਨੂੰ ਸਾਡੇ ਬਲੂਪਰਸ ਕਿੱਦਾਂ ਦੇ ਲੱਗਦੇ ਕਿਉਂਕਿ ਤੁਸੀਂ ਬਹੁਤ ਲਾਈਕ ਕਰਦੇ ਸਾਡੇ ਬਲੂਪਰਸ ਹੈ ਨਾ ਤੇ ਬਹੁਤ ਚੰਗਾ ਲੱਗਦਾ ਤੁਹਾਡੇ ਨਾਲ ਗੱਲ ਕਰਕੇ ਵੀ ਕਿਉਂਕਿ ਜੇ ਤੁਸੀਂ ਹੋ ਤਾਂ ਅਸੀਂ ਹਾਂ ਠੀਕ ਹੈ ਨਾ ਜੇ ਸਾਨੂੰ ਲਾਈਕ ਕਰਦੇ ਹੋ ਤਾਂ ਅਸੀਂ ਨਵੇਂ ਨਵੇਂ ਵੀਡੀਓਜ਼ ਬਣਾ ਕੇ ਦਿੰਦੇ ਹਾਂ ਅਲਾਓ ਜੀ ਮੈਨੂੰ ਕਹਿੰਦਾ ਮੈਂ ਗਾਣਾ ਸੁਣਾਉਣਾ ਚਲੋ ਮੈਨੂੰ ਗਾਣਾ ਸੁਣਾਓ ਬੋਲ ਗਿਆ ਡਿਫਾਲਟਰ ਡਿਫਾਲਟਰ ਵਾਲਾ ਸਾ ਤੇਰੇ ਕੰਮ ਜਫਾਲਟਰ ਵਾਲੇ ਆ ਤੇਰੀ ਹਿੱਕ ਤੇ ਧਰਤੇ ਪੈਣਗੇ ਰੱਬ ਕਰੇ ਉਹਨਾਂ ਦੀ ਖੈਰ ਕੁੜੇ ਜਿਹੜੇ ਆਪਣੇ ਲੀਏ ਜਿਹੜੇ ਆਤਾਂ ਨੂੰ ਤੇਰੇ ਸਾਰੇ ਲੱਗਦੇ ਖੈਰ ਕੁੜੇ ਨੀ ਲੱਗਦਾ ਟਰ ਪੈਂਦਾ ਆ ਜੋ ਕਿਸਮਤ ਤੇ ਟੱਕਰ ਪਏ ਜੋ ਕਿਸਮਤ ਤੇ ਟੱਕਰ ਪਏ ਤੇਰਾ ਯਾਰ ਜਫਾਲਟਰ ਤਾਂ ਹੋਇਆ ਕੁਝ ਬੰਦੇ ਜਫਾਲਟਰ ਟੱਕਰ ਗਏ ਤੇਰੇ ਲੈਣਾ ਦੇ ਗਲਾਸ ਵਿੱਚੋਂ ਏਟ ਕੁੜੇ ਰੱਬ ਥੋੜ੍ਹੀ ਸੀ ਕਰ ਲੈ ਏਟ ਕੁੜੇ ਜਿਹੜੇ ਚਰਚ ਵਾਲੀਏ ਭੁੱਲ ਗਿਆ ਅੱਗੇ ਬਈ ਬਹੁਤ ਸੋਹਣਾ ਗਾਣਾ ਗਾਇਆ ਦੇਖੋ ਮਨੂ ਨੇ ਬਹੁਤ ਸੋਹਣਾ ਗਾਣਾ ਗਾਇਆ ਹੈ ਬੱਚੇ ਇੱਦਾਂ ਹੀ ਗਾਉਂਦੇ ਹੁੰਦੇ ਆ ਨਾ ਮੈਨੂੰ ਤਾਂ ਆਪ ਨੂੰ ਆਉਂਦਾ ਨਹੀਂ ਹੈਗਾ ਪਰ ਮੈਨੂੰ ਬਹੁਤ ਸੋਹਣਾ ਗਾ ਗਿਆ ਜਿੰਨਾ ਵੀ ਗਾ ਗਿਆ ਮੈਨੂੰ ਇਹਦੇ ਵਿੱਚ ਸੱਚੀ ਨਹੀਂ ਪਤਾ ਹੈਗਾ ਕਿੰਨੀ ਕੁ ਵੜਿੰਗ ਸਹੀ ਬੋਲੀ ਹੈ ਕਿੰਨੀ ਕੁ ਨਹੀਂ ਗਲਤ ਚਲੋ ਹੁਣ ਮੈਂ ਸੁਣਾਉਣਾ ਚਲੋ ਹੁਣ ਹੈਰੀ ਸੁਣਾਊਗਾ ਚਲੋ ਹੈਰੀ ਸਟਾਰਟ ਜਦ ਵੀ ਬੋਲੇ ਜਾਂਦਾ ਮੂੰਹ ਨੂੰ ਲਾ ਲੈਂਦੀ ਅਤਾਏ ਨੀ ਵਾਹ ਪੈਂਡੂ ਏ ਵਰਗੀ ਕੁੜਤੇ ਗੀਆ ਟੋਟਣੇ ਵਾਲੇ ਤੁਹਾਡ ਵਾਰੀ ਨੇ ਡੋਲੇ ਅਧੀ ਰਾਤ ਬੋਲਦ ਕੀ ਟੋਲੇ ਮੈਨੂੰ ਪੁੱਛਦੇ ਅਸਲੀ ਮੰਮੀ ਕੌਣ ਆ ਅਸਲੀ ਮੰਮੀ ਇਹੀ ਆ ਅਤੇ ਜਿਹੜੀ ਮਾਤਾ ਵਾ ਉਹ ਮੇਰੇ ਦੋਸਤ ਦੀ ਮਦਰ ਆ ਅਤੇ ਮਤਲਬ ਉਹ ਵੀ ਇੱਕ ਤਰੀਕੇ ਦੀ ਮਾਂ ਹੀ ਆ ਮੇਰੀ ਬਹੁਤ ਪਿਆਰ ਆ ਉਹਦੇ ਨਾਲ ਮੇਰਾ ਅਤੇ ਬਾਕੀ ਮਾਤਾ ਕੁਛ ਕਹਿਣਾ ਚਾਹੋਗੇ ਦੱਸੋ ਕੀ ਕਹਿਣਾ ਮੈਂ ਦੱਸੋ ਤੁਸੀਂ ਦੱਸੋ ਕੀ ਕਹੇ ਪਰ ਤੁਸੀਂ ਤਾਂ ਬਾਅਦ ਦੇਖਣ ਤੋਂ ਬਾਅਦ ਕਹੋਗੇ ਪਹਿਲਾਂ ਦੱਸੋ ਕੋਈ ਚਰਨਾ ਪਾਉਣਾ ਹੋਰ ਮੇਰੇ ਬੱਚੇ ਨੂੰ ਬਹੁਤ ਬਹੁਤ ਪਿਆਰ ਦਿੱਤਾ ਜਾਵੇ ਜੋ ਫਿਲਮ ਬਣਾ ਰਿਹਾ ਮੇਰਾ ਬੇਟਾ ਰਾਣਾ ਰੰਗੀ ਕਈ ਲੋਕਾਂ ਨੇ ਕੋਰੋਨਾ ਵਾਇਰਸ ਕਰਕੇ ਬਣਾਉਣ ਦਿੱਤਾ ਪਰ ਬੋਲੀਆਂ ਮੰਮੀ ਨੂੰ ਬਹੁਤ ਸੁਣੋ ਇੱਕ ਮਿੰਟ ਸੁਣੋ ਫਟਾਫਟ ਮਾਤਾ ਹੁਣ ਸੁਣਾਓਗੀ ਬੋਲੀ ਤੇ ਨਾਲ ਰੋਜੀ ਪ੍ਰੀਤੀ ਗਲਪ੍ਰੀਤ ਦੇਵੀ ਸਾਥ ਚਲੋ ਵੀਰ ਮੇਰੇ ਨੇ ਕੁੜਤੀ ਭੇਜੀ ਭਾਬੋ ਨੇ ਫੁਲਕਾਰੀ ਨੀ ਜਗਜੀ ਭਾਬੋ ਲੱਗੇ ਜੈਨ ਤੋਂ ਪਿਆਰੀ ਨੀ ਜਗਜੀ ਭਾਬੋ ਲੱਗੇ ਵੀਰ ਤੋਂ ਪਿਆਰੀ ਨੀ ਜਗਜੀ ਭਾਬੋ ਲੱਗੇ ਵੀਰ ਤੋਂ ਪਿਆਰੀ ਹੋਰ ਸੁਣਾ ਨਿਹਰਾ ਪੂਣਾ ਨੀ ਨੀਲਾ ਪੂਣਾ ਮੇਰੇ ਬਾਪ ਦਾ ਜਮਾਈ ਦੇਖੋ ਜੀ ਮੇਰਾ ਬਾਪੂ ਥੋੜਾ ਜਿਹਾ ਕਾਲਾ ਵਾ ਕੋਈ ਗੱਲ ਨੀ ਸੋਹਣਾ ਵਾ ਨਾ
पर मेरी मम्मी ने सोने लगूगा ऑब्वियसली है ना तो मैं ही सोने हुंदे बाप सारे दे ओदा गल करदे हां बेसिकली बोल ही हिसाब ना बैठ जाओ कोई गल नहीं बस आ रहे सारे स्नैकी है चलो आ पर्सनालिटी वाला मुछा दे कुनिया कड़े कर आदा दो तीजे दिन बाल काले करदा चिट्टे करदा दाढ़ी उच्ची करदा तीजे दिन नहीं लगदा तीजे दिन पैंदे ही नहीं सवेरे तड़के 5 बजे बैठा होता है लक्का सुनाओ ओ तो फिर हुंदा ही और कोई बाप वास्ते कुछ जवाई वास्ते और कोई बोली जवाई वास्ते और बधेरी बोली।